ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਜ਼ਿਲ੍ਹਾ ਗੁਰਦਾਸਪੁਰ ਦੇ ਬੀਜੇਪੀ ਸੰਸਦ ਮੈਂਬਰ ਸਨੀ ਦਿਓਲ ਅੱਜ ਬਟਾਲਾ ਵਿੱਚ ਕੱਲ੍ਹ ਹੋਏ ਧਮਾਕੇ ਦਾ ਜਾਇਜ਼ਾ ਲੈਂਦੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਨ ਲਈ ਮੌਕੇ 'ਤੇ ਪੁੱਜ ਰਹੇ ਹਨ। ਉਹ ਅੰਮ੍ਰਿਤਸਰ ਦੇ ਰਾਜਾ ਸੰਸੀ ਏਅਰਪੋਰਟ ਪਹੁੰਚ ਗਏ ਜਿੱਥੇ ਉਹਨਾਂ ਦੇ ਨਾਲ ਸਵੇਤ ਮਲਕ ਵੀ ਮੌਜੂਦ ਰਹੇ। ਮੋਟਰ ਵਹੀਕਲ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਅਫਰਾ ਤਫਰੀ ਦਾ ਮਾਹੌਲ ਹੈ। ਨਵੇਂ ਨਿਯਮ ਅਤੇ ਉਹਨਾਂ ਨਿਯਮਾਂ ਦੀ ਸਖ਼ਤੀ ਕਰਕੇ ਵਾਹਨ ਚਾਲਕ ਡਰੇ ਹੋਏ ਹਨ। ਇਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਦੀ ਹੋੜ ਮੱਚ ਗਈ ਹੈ। ਬੀਤੇ ਦਿਨ ਸ਼ਾਮ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਜਿਸ ਵਿੱਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਮ੍ਰਿਤਕਾਂ ਵਿੱਚ ਵਧੇਰੇ ਗਿਣਤੀ ਮਜ਼ਦੂਰਾਂ ਦੀ ਹੈ। ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਵਿੱਚ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋਈਆਂ। ਪਿੰਡ ਗੁੱਜਰਾ ਦੇ ਰਹਿਣ ਵਾਲੇ ਲੜਕ ਅਤੇ ਲੜਕੀ ਨੇ ਬੰਦੂਕ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ। ਘਟਨਾ ਦੇਰ ਰਾਤ ਵਾਪਰੀ। ਸਥਾਨਕ ਪਿੰਡ ਸਰਦਾਰਪੁਰ ਦੇ ਰਹਿਣ ਵਾਲਾ ਕਰਾਟੇ ਕੋਚ ਨੂੰ ਦਰਖਤ ਨਾਲ ਬੰਨ੍ਹ ਕੇ ਉਸਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ। ਪਿੰਡ ਪਡੋਰੀ ਗੋਲਾ ਵਿੱਚ ਖਾਲੀ ਪਏ ਪਲਾਟ ਵਿੱਚ ਧਮਾਕਾ ਹੋਇਆ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਆਇਆ। ਧਮਾਕੇ ਵਿੱਚ 2 ਜਣੇ ਦੀ ਮੌਤ ਹੋ ਗਈ ਜਦਕਿ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੁਪਰੀਮ ਕੋਰਟ ਨੇ ਪੀਡੀਪੀ ਚੀਫ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਿੱਤੀ ਅਲਤਜਾ ਨੂੰ ਚੇਨਈ ਤੋਂ ਸ੍ਰੀਨਗਰ ਜਾਣ 'ਤੇ ਆਪਣੀ ਮਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਸ਼ਮੀਰ 'ਚ ਜਾਰੀ ਤਣਾਅ ਦੌਰਾਨ ਪਾਕਿਸਤਾਨ ਨੇ ਲਾਈਨ ਆਫ ਕੰਟਰੋਲ 'ਤੇ ਵੱਡੀ ਹਰਕਤ ਕੀਤੀ ਹੈ। LOC 'ਤੇ ਪਾਕਿਸਤਾਨ ਨੇ ਫੌਜ ਦੀ ਇੱਕ ਵੱਡੀ ਬ੍ਰਿਗੇਡ ਤਾਇਨਾਤ ਕੀਤੀ ਹੈ। ਸੂਤਰਾਂ ਮੁਤਾਬਕ ਇਸ ਬ੍ਰਿਗੇਡ ਵਿੱਚ 2000 ਤੋਂ ਜ਼ਿਆਦਾ ਪਾਕ ਫੌਜੀ ਹਨ। ਰਿਲਾਇੰਸ ਜੀਓ ਦੀ ਬ੍ਰਾਂਡਬੈਂਡ ਸੇਵਾ ਜੀਓ ਗੀਗਾ ਵਾਈਫਾਈ ਅੱਜ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋ ਰਹੀ ਹੈ। ਜਿਸ ਦੇ ਨਾਲ ਕੰਪਨੀ ਘੱਟੋ ਘੱਟ 100 MBPS ਦੀ ਇੰਟਰਨੈੱਟ ਸਪੀਡ, ਲਾਈਫ ਟਾਈਮ ਫ੍ਰੀ ਕਾਲ, ਫ੍ਰੀ DTH TV ਅਤੇ ਡਿਸ਼ ਉਪਲਬਧ ਕਰਵਾਏਗੀ। ਇਸ ਲਈ ਘੱਟੋ ਘੱਟ 700 ਰੁਪਏ ਮਹੀਨੇ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।